ਸਵੇਰੇ ਕੌਣ ਆ ਗਿਆ, ਇੰਨੀ ਲੇਟ ਕੌਣ ਆ ਗਿਆ, ਕਦੇ ਦੇਖਿਆ ਕੌਣ ਆਇਆ। ਤੈਨੂੰ ਪਤਾ ਨੀ ਸੀ ਅਸੀਂ ਹੁਣ, ਅਸਾਂ ਤਾਂ ਪਹਿਲਾਂ ਪਤਾ ਹੀ ਨੀ। ਮਾਸੀ ਨੇ ਸਾਨੂੰ ਫੋਨ ਕਰਕੇ ਸੱਦਿਆ ਸੀ, ਮੇਰੀ ਸੱਸ ਨੇ। ਘਰ ਠੀਕ ਹੈ ਸਰੇ? ਚਲੋ ਜਾ ਕੇ ਪੁੱਛਦੇ ਮੰਮੀ ਨੂੰ ਕੀ ਗੱਲ ਹੋਈ ਆ। ਚਲੋ ਤੁਸੀਂ, ਮੈਂ ਬਾਰਬਰ ਸਰ ਕੇ ਆਈ ਨਾਲ ਆ ਜਾ। ਸਤਿ ਸ਼੍ਰੀ ਅਕਾਲ ਮਾਸੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਆ ਗਏ ਆਥਣੇ, ਤੜਕੇ ਦਾ ਕਿਹਾ ਤੁਹਾਨੂੰ, ਤੜਕੇ ਦਾ ਫੋਨ ਕੀਤਾ। ਭੈਣ ਜੀ ਸਾਡੇ ਘਰੇ ਨਹੀਂ ਸੀ ਕੋਈ, ਘਰੇ ਨਹੀਂ ਸੀ ਕੋਈ, ਜਦੋਂ ਘਰੇ ਆਇਆ ਮੁੰਡਾ ਮੈਂ ਜਦੇ ਤੜਪੀ। ਉਹ ਬਹੂ ਨੂੰ ਦਵਾਈ ਦਵਾਉਣ ਗਿਆ ਹੋਇਆ ਸੀ। ਹਾਂਜੀ ਭੈਣ ਜੀ, ਤੁਸੀਂ ਸਾਨੂੰ ਬੁਲਾਇਆ ਵਾ, ਕੀ ਗੱਲ ਹੋ ਗਈ ਸਾਨੂੰ ਗੱਲ ਦੱਸੋ। ਦੇਖੋ ਜੀ, ਸਵੇਰ ਦਾ ਤੁਹਾਨੂੰ ਫੋਨ ਕੀਤਾ, ਅਰਥਣੇ ਤੁਸੀਂ ਆ ਗਏ, ਹੁਣ ਦੱਸੋ ਕੋਈ ਵਿਹੜ ਆ? ਮੈਂ ਦੋ ਬੰਦੇ ਇਕੱਠੇ ਕਰਨੇ ਸੀ, ਵੀ ਨਾ ਮੈਨੂੰ ਇਹ ਪਾਣੀ ਪੁੱਛੇ, ਨਾ ਮੈਨੂੰ ਚਾਹ ਪੁੱਛੇ, ਹਾਕਾ ਮਾਰਦੀ ਰਹਿੰਦੀ ਹਾਂ, ਮੈਂ ਬਿਮਾਰ ਹਾਂ, ਉੱਠ ਕੇ ਪਾਣੀ ਵੀ ਨਹੀਂ ਲੈ ਸਕਦੀ। ਕੀ ਗੱਲ ਬਲਜਿੰਦਰ, ਤੂੰ ਤਾਂ ਇਹੋ ਜਿਹੀ ਹੈ ਨਹੀਂ ਸੀ ਪੁੱਤ, ਇਹ ਗੱਲ ਤੂੰ ਕੀ ਕੀਤੀ? ਨਾ ਭੈਣੇ, ਇਹੋ ਜਿਹੀ ਤਾਂ ਤੂੰ ਜਮਾਂ ਹੀ ਨਹੀਂ ਸੀ, ਇਹ ਗੱਲ ਕੀ ਸੁਣਨੀ ਪੈ ਗਈ ਸਾਨੂੰ? ਮੈਂ ਇੰਨੀ ਬਿਮਾਰ ਹਾਂ, ਮੈਂ ਉੱਠ ਕੇ ਤੁਰ ਨਹੀਂ ਸਕਦੀ, ਪਾਣੀ ਮੰਗਦੀ ਰਹਿੰਦੀ ਹਾਂ, ਪਤਾ ਨਹੀਂ ਇਹ ਕਿੱਥੇ ਫਿਰਦੀ ਰਹਿੰਦੀ ਹੈ, ਸਾਰਾ ਦਿਨ ਫੋਨ ਨੂੰ ਲੱਗੀ ਰਹਿੰਦੀ ਹੈ। ਦੱਸ, ਮੈਨੂੰ ਪਾਣੀ ਦੇਣ ਦਾ ਤੁਹਾਡਾ ਹੱਕ ਹੈ ਨਾ? ਅਸੀਂ ਕਹਿ ਕੇ ਜਾਵਾਂਗੇ ਭੈਣ ਜੀ, ਕਿਵੇਂ ਨਾ ਪਾਣੀ ਦਊ, ਕਿਵੇਂ ਨਾ ਤੁਹਾਡੀ ਸੇਵਾ ਕਰੂੰ, ਇਹੋ ਜਿਹੀ ਸਾਡੀ ਸਿੱਖਿਆ ਨਹੀਂ ਹੈਗੀ। ਮੈਂ ਇੰਨੀ ਬੁੜੀ ਹੋ ਗਈ ਹੈ, 80 ਸਾਲ ਦੀ ਉਮਰ ਹੋਣ ਵਾਲੀ ਹੈ ਮੇਰੀ, ਨਹੀਂ ਸਾਲ ਹੀ ਘੱਟ ਰਹਿੰਦਾ। ਤੁਸੀਂ ਬੇਫਿਕਰ ਰਹੋ, ਮੈਂ ਤੁਰਿਆ ਫਿਰਿਆ ਨਹੀਂ ਜਾਂਦਾ ਹੁਣ, ਵੀ ਉੱਠ ਕੇ ਪਾਣੀ ਪੀ ਲਾਂ ਜਾਂ ਕੋਈ ਮਸਾ ਮੈਂ ਬਾਥਰੂਮ ਜਾਂਦੀ ਹਾਂ। ਨਹੀਂ ਕੋਈ ਗੱਲ ਨਹੀਂ, ਸਮਝਾਉਣੇ ਆ ਅਸੀਂ ਬਲਜਿੰਦਰ, ਸੇਵਾ ਕਰਨੀ ਆ, ਵੱਡਿਆਂ ਦੀ ਸੇਵਾ ਕਰੀਦੀ ਆ ਪੁੱਤ। ਮੰਮੀ ਤੁਸੀਂ ਮੈਨੂੰ ਸੁਣਾਤੀਆਂ, ਬਿਨਾਂ ਕੁਛ ਸਮਝਿਆ ਸਾਰਾ ਕੁਛ ਸੁਣਾਤਾ ਤੁਸੀਂ ਮੈਨੂੰ, ਇੱਕ ਪੱਖ ਸੁਣ ਲਿਆ। ਵੀਰੇ ਤੂੰ ਵੀ ਮੈਨੂੰ ਸਾਰੀਆਂ ਗੱਲਾਂ ਸੁਣਾਤੀਆਂ, ਤੈਨੂੰ ਪਤਾ ਨਹੀਂ ਵੀ ਤੇਰੀ ਭੈਣ ਇਹ ਕਰ ਸਕਦੀ ਹੈ ਕਿ ਨਹੀਂ। ਤੁਸੀਂ ਇਹ ਦੇਖੋ ਵੀ ਜਦੋਂ ਦੀ ਮੈਂ ਵਿਆਹੀ ਆਈ ਹਾਂ, ਕਿੰਨੇ ਸਾਲ ਮੈਨੂੰ ਹੋ ਗਏ, ਅਤੇ ਉਦੋਂ ਮੈਨੂੰ ਇਹ ਸਹੁਰਿਆਂ ਘਰ 'ਚੋਂ ਕੀ ਮਿਲਿਆ, ਮੈਨੂੰ ਉਦੋਂ ਕੀ ਚਾਹੀਦਾ ਸੀ ਅਤੇ ਮੈਨੂੰ ਕੀ ਮਿਲਿਆ, ਜੋ ਮੈਨੂੰ ਉਦੋਂ ਮਿਲਿਆ ਉਹੀ ਫਿਰ ਮੈਂ ਹੁਣ ਕਰਨਾ। ਗੱਲ ਕੀ ਹੈ ਭੈਣੇ, ਜਦੋਂ ਮੇਰੀ ਸੱਸ ਨੇ ਉਦੋਂ ਮੇਰੇ ਨਾਲ ਇੰਨਾ ਕੁਛ ਕੀਤਾ ਜਦੋਂ ਮੈਨੂੰ ਇਹਨਾਂ ਦੀ ਲੋੜ ਸੀ, ਅਤੇ ਅੱਜ ਇਹਨਾਂ ਨੂੰ ਮੇਰੀ ਲੋੜ ਆ, ਇਹਨਾਂ ਨੂੰ ਫਿਰ ਇਹਨਾਂ ਨੂੰ ਮੈਂ ਕਿਉਂ ਸਾਂਭਾਂ? ਤੁਹਾਨੂੰ ਯਾਦ ਆ ਮੈਂ ਤੁਹਾਨੂੰ ਸਾਰੀ ਗੱਲਾਂ ਦੱਸਦੀ ਹਾਂ ਹੁਣ ਮੇਰੇ ਨਾਲ ਕੀ ਕੀ ਹੋਇਆ ਇਸ ਘਰ 'ਚ। ਭੈਣੇ ਵੀਰੇ ਸਤਿ ਸ਼੍ਰੀ ਅਕਾਲ, ਵੀਰ ਸੰਧਾਰਾ ਲੈ ਕੇ ਆਇਆ, ਸੰਧਾਰਾ ਵੀਰ ਤੂੰ ਫੋਨ ਤਾਂ ਕਰਦਾ ਮੈਨੂੰ, ਚੱਲ ਲੱਗ ਗਿਆ, ਜੇ ਫੋਨ ਕਰ ਦਿੰਦਾ ਤਾਂ ਤਿਆਰੀਆਂ ਕਰੀ ਜਾਣੀਆਂ ਸੀ, ਮੈਂ ਤਾਂ ਮਿਲਣ ਲੱਗ ਗਿਆ ਤੈਨੂੰ ਹੀ। ਹੋਰ ਠੀਕ ਆ? ਤੈਨੂੰ ਦੇਖ ਕੇ ਵੀਰੇ ਮੈਨੂੰ ਚਾਹ ਚੜ ਜਾਂਦਾ, ਮੈਨੂੰ ਮਸਾ ਮਸਾ ਆਉਂਦਾ, ਤੂੰ ਤਾਂ ਚਾਹ ਤਾਂ ਜਾਣਾ ਹੀ ਆ, ਚੱਲ ਗੱਲਾਂ ਦਾ ਭਰਾ ਆ ਜਾ ਬੈਠੀ ਆਪਾਂ ਗੱਲਾਂ ਕਰੀਏ। ਮੈਂ ਤੇਰੇ ਵਾਸਤੇ ਨਾ ਕੁਛ ਪੀਣ ਵਾਸਤੇ ਲੈ ਕੇ ਆਉਂਦੀ ਆ, ਤੂੰ ਬੈਠ ਜਾ ਭੈਣੇ, ਤੂੰ ਗੱਲਾਂ ਕਰ। ਨਹੀਂ ਵੀਰੇ, ਮੈਂ ਲਿਆਉਂਦੀ, ਲੈ ਵੀਰੇ ਕੋਲਡ ਡਰਿੰਕ ਲੈ ਗਿਆ ਤੇਰੇ ਵਾਸਤੇ, ਲੈ ਤੂੰ ਬਸ ਕੋਲੇ ਆ ਕੇ ਬਹਿ ਜਾ ਭੈਣੇ। ਲੈ ਵੀਰੇ ਤੂੰ ਪੀ, ਹੋਰ ਦੱਸ ਘਰੇ ਸਾਰੇ ਠੀਕ ਸੀ? ਮੰਮੀ ਹੋਣੀ ਸਾਰੇ ਵਧੀਆ? ਮੰਮੀ ਨੂੰ ਨਾਲ ਲੈ ਆਉਣਾ ਸੀ, ਉਹ ਬਸ ਤੈਨੂੰ ਪਤਾ ਨਹੀਂ ਹੈ ਕਿੰਨੀ ਦਰੀ ਚ ਨਿਕਲ ਹੀ ਨਹੀਂ ਜਾਂਦਾ। ਚੱਲ ਕੋਈ ਨਾ,
ਮੰਮੀ ਦੀ ਸਿਹਤ ਠੀਕ ਸੀਗੀ ਹੁਣ? ਸਾਰੀ ਕਹਿਣ ਲੈ ਵੀਰੇ ਤੂੰ ਕੋਲ ਨਹੀਂ ਤਾ ਤੂੰ ਆਈ ਨਹੀਂ ਭੈਣੇ, ਤੈਨੂੰ ਸਾਰੇ ਜਣੇ ਚੇਤਾ ਕਰੀ ਜਾਂਦੇ ਸੀ ਉੱਥੇ ਤਾਏ ਵਾਲੇ ਨੂੰ ਕੀ ਦੱਸਾਂ ਵੀਰੇ ਮੈਂ, ਮੇਰੀ ਸੱਸ ਘਰੋਂ ਮੈਨੂੰ ਨਿਕਲ ਦਿੰਦੀ ਨਹੀਂ। ਇਹ ਕੀ ਗੱਲ ਆ ਭੈਣੇ? ਬਸ ਵੀਰੇ ਬਹੁਤ ਟਾਈਮ ਹੋ ਗਿਆ ਆਇਆ ਲੈ ਤੂੰ ਵੀਰੇ ਰਾਤ ਰਹਿ, ਮੈਂ ਤੈਨੂੰ ਲੱਗ ਰਾਤ ਰੱਖੂੰਗੀ ਬਸ ਅੱਜ ਤਾਂ ਰਾਤ। ਮਹਾਰਾਣੀ ਜੀ ਭਾਈ ਤੋਂ ਵਿਹਲੀ ਹੋ ਗਈ ਤਾਂ ਘਰ ਦੇ ਕੰਮ ਕਰਨਾ, ਬਹੁਤ ਕੰਮ ਪਏ ਨੇ ਮੈਥੋਂ ਨੀ ਕੁਛ ਹੁਣ ਦਾ। ਮੰਮੀ ਮਸਾ ਮਸਾ ਤਾਂ ਮੇਰੇ ਭਾਈ ਆਇਆ ਸੰਧਾਰਾ ਲੈ ਕੇ, ਸੰਧਾਰਾ ਆ ਬਿਸਕੁਟ ਲੈ ਕੇ ਆਇਆ, ਚਾਰ ਬਿਸਕੁਟ ਹੋਣਗੇ ਚ, ਇਹਨਾਂ ਮੇਰਾ ਕੀ ਗੱਡਾ ਖੜਾ ਜਾਂਦੀ, ਆ ਮੇਰਾ ਮੁੰਡਾ ਖੜਾ ਲਿਆਉਣਾ ਬਿਸਕੁਟ ਬਥੇਰੇ, ਆ ਕਾਜੂ ਰੱਖ ਤੇ ਇਹਦੇ ਵਾਸਤੇ ਰੱਖ ਕਾਜੂ ਮੁੰਡਿਆ, ਇਹ ਮੇਰੇ ਪੁੱਟ ਪੁੱਟੇ ਖਾਣਗੇ। ਮੰਮੀ ਮਸਾ ਤਾਂ ਉਹ ਆਇਆ ਵੀ, ਤੁਸੀਂ ਕਿਹੋ ਜਿਹੀ ਗੱਲਾਂ ਕਰਦੇ ਹੋ, ਇਹਦੇ ਨਹੀਂ ਕੁਛ ਖਾਂਦਾ, ਇੱਥੇ ਜਾ ਕੇ ਖਾਣਾ ਹੈ ਕੱਲੀ ਚਾਹ ਦੇ ਦਿੰਦੀ, ਚਾਹ ਵੀ ਨਹੀਂ ਜੂਸ ਨਹੀਂ ਬੈਠੀ ਹੈ। ਕੋਈ ਸਤਿ ਸ੍ਰੀ ਅਕਾਲ, ਕੋਈ ਨੀ ਇੰਨੇ ਟਾਈਮ ਬਾਅਦ ਤਾਂ ਮਿਲਣਾ ਆ, 50 ਸਾਲ ਹੋ ਗਏ ਤੁਹਾਨੂੰ ਸੰਧਾਰਾ ਦਿੰਦਿਆਂ ਨੂੰ, ਦੱਸ ਉਹ ਜ਼ਰੂਰੀ ਸੀ ਹੁਣ? ਉਹ ਬਾਪੂ ਲਈ ਕਹਿ ਕੇ ਭੇਜਿਆ ਸੀ ਮੈਨੂੰ। ਅੱਛਾ ਚੱਲ ਚੰਗਾ, ਮੈਂ ਹਾਂ ਮੋਟਰਸਾਈਕਲ ਤੇ ਆਇਆ, ਗਰਮੀ ਬਾੜੀ ਹੈ, ਕੋਈ ਨੀ ਆਤਾ ਗੱਡੀ, ਪਾਪਾ ਕੀ ਹੋ ਰਹੀ, ਆਹੋ ਮੰਡੀ ਗਏ ਸੀਗੇ। ਅੱਛਾ ਮਰ ਗਈ, ਕੀ ਕਰਦੀ ਅੰਦਰ, ਅੰਦਰ ਹੀ ਬੜੀ ਰਹੂ ਸਾਰਾ ਦਿਨ, ਬਾਹਰ ਦੇਖ ਮਾਰਦੇ ਆ ਮੰਮੀ, ਪਾਣੀ ਲਿਆ ਮੁੰਡੇ ਨੂੰ, ਪਾਣੀ ਲਿਆ ਨੂੰ ਕੁਛ, ਮੇਰਾ ਭਤੀਜਾ ਆਇਆ। ਹਾਂਜੀ ਮੰਮੀ ਮੈਂ ਭਾਂਡੇ ਮਾਂਜਦੇ ਸਮੇਂ ਲਿਆਉਂਦੀ ਆ, ਮੈਂ ਡਰਾਈ ਫਰੂਟ ਕਿਉਂ ਲਿਆ, ਮੈਂ ਤਾਂ ਨੀ ਲਿਆ, ਅੱਜ ਮੇਰਾ ਭਤੀਜਾ ਆਇਆ ਇਹਨੂੰ ਤਾਂ ਚਾਹੀਦੇ ਚਾਹੀਦੇ ਨੇ। ਉਸ ਤਰ੍ਹਾਂ ਮੰਮੀ ਮੇਰਾ ਭਰਾ ਵੀ ਆਇਆ ਸੀਗਾ, ਜਵਾਨ ਨਾ ਲੜਾ ਲੈ ਕੇ ਆ ਜਾ, ਬਾਲਾ ਬੋਲਣ ਸਿੱਖੀ ਹੈ, ਕਸ਼ਮੀਰ ਚੋਂ। ਮੰਮੀ ਇੰਨੇ ਸੇਬ ਖਾਊਗਾ ਕੌਣ, ਬਹੁਤ ਨੇ, ਕੱਟ ਕੇ ਖਾ ਲੋ ਬਥੇਰੇ ਨੇ, ਮੁਕਦੇ ਨੀ, ਬਾਹਲ ਪੈਸੇ ਲਾਇਆ ਆ। ਤੁਹਾਡੀ ਨੂੰ ਸੱਸ ਦੀ ਬਣਦੀ ਨੀ? ਬਣੇ ਕੀ, ਛੱਡਣ ਦੀ ਆਈ ਹੈ, ਮੇਰਾ ਤਾਂ ਸਿਰ ਖਾ ਲਿਆ ਇਹਨੇ, 3 ਪੱਥਰ ਜੰਮਤੇ, ਦੱਸ ਮੈਂ ਮੁੰਡੇ ਨੂੰ ਦੱਸਦੀ ਆ, ਇਹ ਕੁਛ ਹਾਂ ਨਾ ਹੀ ਨਹੀਂ ਕਰਦੀ। ਭੂਆ ਤੂੰ ਤਾਂ ਸਿਆਣੀ ਬਿਆਣੀ ਆ, ਤੈਨੂੰ ਨੀ ਪਤਾ ਰੱਬ ਦੀ ਦੇਣਾ, ਉਹ ਕਹਿੰਦਾ ਉਹਦੀ ਗਲਤੀ ਆ। ਫਿਰ ਆਪਣੇ ਤਾਂ ਮੁੰਡੇ ਮੁੰਡੇ ਹੁੰਦੇ ਸੀ, ਇਹਨੇ ਪੱਥਰ ਹੀ ਜੰਮਤੇ, ਦੱਸ ਘਰੇ ਕੌਣ ਮੁੰਡਾ ਰਹੂਗਾ, ਕੌਣ ਬੁੜਿਆਂ ਨੂੰ ਦਵਾਈ ਦਵੋਈ ਦਵਾਈ ਜੂਗਾ। ਮੰਮੀ ਮੈਨੂੰ ਕਿੰਨਾ ਭੰਡੀ ਜਾਂਦੇ ਨੇ, ਹਰੇਕ ਦੇ ਕੋਲ ਭੰਡੀ ਜਾਂਦੇ ਨੇ, ਮੈਂ ਕਿੰਨੀ ਚੰਗੀ ਬਣੀ ਹੋਈ ਆ, ਮੈਂ ਕਦੇ ਕੁਛ ਬੁਰੇ ਨਹੀਂ ਬੋਲੀ, ਕਦੇ ਕੋਈ ਗਲਤੀ ਨਹੀਂ ਕੀਤੀ, ਇਹਨਾਂ ਦੇ ਕਹਿਣੇ ਅਨੁਸਾਰ ਚੱਲਦੀ ਆ, ਕਦੇ ਇਹਨਾਂ ਤੋਂ ਕੱਪੜਾ ਲੀੜਾ ਨਹੀਂ ਮੰਗਿਆ, ਹੁਣ ਜੇ ਕੁੜੀਆਂ ਹੋ ਗਈਆਂ ਤੇ ਮੇਰੀ ਕੀ ਗਲਤੀ ਆ? ਮੰਮੀ ਮੈਨੂੰ ਬਹੁਤ ਨਫ਼ਰਤ ਕਰਦੇ ਨੇ, ਕਿੰਨਾ ਬੋਲੀ ਜਾਂਦੇ ਨੇ, ਮੈਂ ਜਿੰਨੀ ਚੰਗੀ ਹਾਂ ਓਨਾ ਹੀ ਮੇਰੇ ਨਾਲ ਮਾੜਾ ਸਲੂਕ ਕਰਦੇ ਨੇ, ਮੈਂ ਆਪਣੇ ਪੇਕਿਆਂ ਨੂੰ ਦੱਸਣ ਜੋਗੀ ਵੀ ਨਹੀਂ, ਮੇਰੀ ਮਾਂ ਟੈਨਸ਼ਨ ਕਰ ਕਰਕੇ ਮਰ ਜੂਗੀ, ਉਹ ਤਾਂ ਪਹਿਲਾਂ ਹੀ ਬਿਮਾਰ ਰਹਿੰਦੀ ਆ।
ਮੇਰੀ ਤਾਂ ਮੇਰਾ ਘਰ ਵਾਲਾ ਵੀ ਨਹੀਂ ਸੁਣਦਾ। ਅੱਜ ਆਇਆ ਹੀ ਨਹੀਂ, ਪਤਾ ਨਹੀਂ ਕਿੱਥੇ ਰਹਿ ਗਿਆ, ਪਤਾ ਨਹੀਂ ਕਿਹਦੇ ਨਾਲ ਨਹੀਂ ਲੱਗ ਗਿਆ। ਗੱਲ ਹੋ ਗਈ, ਐ ਬੈਠੀ ਆ, ਕੀ ਗੱਲ ਹੋ ਗਈ? ਨਾ ਮੇਰੇ ਕੱਪੜੇ ਧੋਂਦੀ ਹੈ, ਨਾ ਟਾਈਮ ਨਾਲ ਰੋਟੀ ਦਿੰਦੀ ਹੈ, ਨਾ ਚਾਹ ਦਿੰਦੀ ਹੈ। ਤੂੰ ਵਗ ਜਾਂਦਾ ਬਸ ਮਗਰੋਂ, ਮੈਨੂੰ ਪੁੱਛਦੀ ਨੀ। ਕਿਉਂ? ਬਸ ਮਰਜ਼ੀ ਉਹਦੀ, ਅੱਜ ਕੱਲ੍ਹ ਦੀਆਂ ਕੁੜੀਆਂ ਐਂ ਕਰਦੀਆਂ ਨੇ। ਬਲਜਿੰਦਰ, ਬਲਜਿੰਦਰ ਸੁਣਦਾ ਨਹੀਂ? ਆਈ ਆਈ, ਹਾਂਜੀ ਆਈ ਆਈ। ਹਾਂਜੀ ਦੱਸੋ ਕੀ ਗੱਲ? ਮਾਤਾ ਦੀ ਗੱਲ ਗੱਲ ਨਹੀਂ ਸੁਣਦੀ ਤੂੰ? ਹੈ ਨਾ ਰੋਟੀ ਦਿੰਦੇ, ਨਾ ਪਾਣੀ ਦਿੰਦੇ ਟਾਈਮ ਤੇ। ਕੀ ਗੱਲ ਆਏ ਤੁਹਾਨੂੰ? ਕਿਹੜੇ ਗਿਆ ਹੈ? ਆ ਬੈਠੀ ਆ ਕੋਲੇ, ਸਭ ਦੱਸ ਰਹੀ ਆ ਮੈਨੂੰ ਆਏ ਨੂੰ। ਮੈਨੂੰ ਆਉਣ ਦਾ ਪਾਣੀ ਨਹੀਂ ਮਿਲਿਆ, ਪਹਿਲਾਂ ਤੇਰੀਆਂ ਗੱਲਾਂ ਮਿਲਣੀਆਂ ਹੈਗੀਆਂ ਵੀ ਇਹ ਕੰਮ ਨਹੀਂ ਕਰਦੀ, ਡੱਕਾ ਹੀ ਤੋੜ ਦਿੰਦੀ ਹੈ। ਰੋਟੀ ਮੈਨੂੰ ਟਾਈਮ ਤੇ ਦਿੰਦੀ ਆ, ਤੁਹਾਨੂੰ ਝੂਠ ਬੋਲਦੇ ਰਹਿੰਦੇ ਹੋ। ਮਾਮੇ ਕੋਲੇ ਕੱਲੂ ਜਾਇਆ, ਕੱਲੂ ਪਤਾ ਲੈ ਲਾਂਗੇ ਉਹਦਾ ਜਾ ਕੇ। ਇਹਦੇ ਵੱਧ ਗਈ ਇਨਫੈਕਸ਼ਨ ਢਿੱਡ ਚ ਜ਼ਿਆਦਾ, ਡਾਕਟਰ ਨੇ ਕਿਹਾ ਵੀ ਰੈਸਟ ਕਰਨੀ ਹੈ, ਘੱਟੋ ਘੱਟ ਹਫ਼ਤਾ ਤਾਂ ਕਰਨੀ ਪਊਗੀ ਰੈਸਟ। ਹੁਣ 2-4 ਦਿਨ ਆਪਾਂ ਰੋਕੇ ਚਲੇ ਜਾਵਾਂਗੇ, ਮਾੜੀ ਜਿਹੀ ਠੀਕ ਹੋ ਜੇ ਇਹ, ਨਾਲੇ ਸ਼ਹਿਰ ਵਿਖਾ ਕੇ ਆਉਣਾ ਪਊਗਾ। ਬਟ ਠੀਕ ਹੁੰਦੀ ਹੈ, ਦਵਾਈ ਦਿੱਤੀ ਹੋਈ ਹੈ, ਆਰਾਮ ਕਰੂਗੀ, ਇੱਕ ਦਿਨ ਠੀਕ ਹੋ ਜੂਗੀ, ਨਹੀਂ ਠੀਕ ਹੁੰਦੀ ਹੈ ਤੇ ਭਾਈ ਨੂੰ ਫੋਨ ਕਰਦੇ, ਆਪੇ ਲੈ ਜੂਗਾ ਇਹਨੂੰ, ਆਪਾਂ ਤਾਂ ਨਹੀਂ ਲੋਟ ਹੁੰਦੀ। ਦੱਸੋ ਹੁਣ ਮੰਮੀ, ਤੁਸੀਂ ਤਾਂ ਮੈਨੂੰ ਕਹਿਣ ਲੱਗ ਗਏ ਆ ਕੇ ਸਾਰੇ ਜਾਣੇ, ਦੱਸੋ ਫਿਰ ਹੁਣ ਮੈਂ ਇਹਨਾਂ ਨਾਲ ਕਿਵੇਂ ਮਾਣ ਮਿਲੇ ਹੁਣ, ਮੈਨੂੰ ਕਿਵੇਂ ਬੁਲਾਵਾਂ, ਕਿਵੇਂ ਮੈਂ ਇਹਨਾਂ ਨੂੰ ਸਾਂਭਾਂ, ਜਦੋਂ ਮੈਂ ਬਿਮਾਰ ਪਈ ਸੀ ਇਹਨਾਂ ਨੇ ਮੈਨੂੰ ਸਾਂਭਿਆ, ਤੁਸੀਂ ਵੀਰੇ ਤੁਹਾਨੂੰ ਸਾਰੇ ਆ ਕੇ ਬੋਲਣ ਲੱਗ ਗਏ, ਤੁਸੀਂ ਮੇਰਾ ਦੁੱਖ ਦਰਦ ਸਮਝੇ, ਸਮਝਿਆ ਤੁਸੀਂ ਮੈਨੂੰ, ਸਮਝਿਆ ਵੀ ਸਾਡੀ ਭੈਣ ਨਹੀਂ ਕਰ ਸਕਦੀ, ਵੀ ਕਿਉਂ ਕੀਤਾ ਹੋਊਗਾ ਇਹਨੇ, ਜਦੋਂ ਵੀਰੇ ਤੱਕ ਤੂੰ ਜਿੱਥੋਂ ਤੂੰ ਆਇਆ ਸੀ ਤੇਰੇ ਸਾਹਮਣੇ ਕਿੰਨਾ ਖੁਸ਼ ਹੋਇਆ ਸੀ, ਅੱਜ ਤੱਕ ਮੈਨੂੰ ਇਸ ਘਰ 'ਚ ਪਿਆਰ ਨਹੀਂ ਮਿਲਿਆ, ਮੇਰੇ ਘਰ ਵਾਲਿਆਂ ਨੂੰ ਇਹਨਾਂ ਨੇ ਮੇਰਾ ਨਹੀਂ ਹੋਣ ਦਿੱਤਾ, ਸਿਰਫ ਇਹਨਾਂ ਦੇ ਮਾੜੇ ਸਲੂਕ ਕਰਕੇ। ਦੱਸੋ ਮੈਂ ਇਹਨਾਂ ਨੂੰ ਕਿਵੇਂ ਸਾਂਭਾਂ? ਅੰਦਰ ਉਦੋਂ ਦੱਸਣਾ ਸੀ ਪੁੱਤ, ਅਸੀਂ ਆ ਕੇ ਪੁੱਛ ਲਏ ਇਹਨਾਂ ਨਾਲ ਗੱਲ ਕਰਦੇ। ਮੰਮੀ ਮੈਂ ਤੁਹਾਨੂੰ ਤਾਂ ਦੱਸਿਆ ਤੁਹਾਡੀ ਤਬੀਅਤ ਜਿਹੜੀ ਆ ਠੀਕ ਨਹੀਂ ਰਹਿੰਦੀ ਹੈਗੀ, ਕਿਉਂਕਿ ਧੀਆਂ ਦੁੱਖ ਦਰਦ ਦੱਸਦੀਆਂ ਨਹੀਂ ਹੈਗੀਆਂ ਪੇਕਿਆਂ ਨੂੰ, ਉਹਨਾਂ ਟਾਈਮ ਨਹੀਂ ਦੱਸਦੀ, ਜਿੰਨਾ ਟਾਈਮ ਉਹ ਸਹਿ ਲੈਣ ਉਨਾ ਟਾਈਮ ਹੀ ਉਹ ਸਹਿੰਦੀਆਂ ਨੇ, ਪਰ ਅੱਜ ਮੈਂ ਵੀ ਮਜਬੂਰ ਹਾਂ, ਮੇਰਾ ਨਹੀਂ ਮਨ ਮਿਲਦਾ, ਮੈਂ ਨਹੀਂ ਇਹਨਾਂ ਨੂੰ ਸਾਂਭ ਸਕਦੀ, ਮੇਰਾ ਜੀਵ ਹੀ ਨਹੀਂ ਕਰਦਾ ਇਹਨਾਂ ਨੂੰ ਸਾਂਭਣ ਨੂੰ। ਭੈਣ ਜੀ, ਜੇ ਆਪਾਂ ਇਹੋ ਜਿਹੀਆਂ ਗੱਲਾਂ ਪਹਿਲਾਂ ਨਾ ਕਰਦੇ, ਧੀ ਬਣਾ ਕੇ ਰੱਖਦੇ, ਅੱਜ ਆ ਮੌਕਾ ਨਹੀਂ ਸੀ ਮਿਲਣਾ ਤੁਹਾਨੂੰ, ਤੁਹਾਡੀ ਸੇਵਾ ਆਪੇ ਹੀ ਹੁੰਦੀ, ਐਂ ਫਿਰ ਮਨਾਂ 'ਚ ਫਰਕ ਪੈ ਜਾਂਦਾ ਸੱਸ ਨੂੰ ਉਹਦੇ, ਉਹ ਵੀ ਆਪਦੇ ਸਾਰੇ ਪਰਿਵਾਰ ਨੂੰ ਪੇਕਿਆਂ ਨੂੰ ਛੱਡ ਕੇ ਆਈ ਆ, ਇਹੋ ਜਿਹਾ ਢੰਗ ਵਰਤਿਆ। ਜਦੋਂ ਬਲਜਿੰਦਰ ਬਿਮਾਰ ਸੀ ਉਦੋਂ ਤੁਸੀਂ ਉਹਨੂੰ ਦਵਾਈ ਬੂਟੀ ਦਵਾਉਂਦੇ, ਕੰਮ ਵਾਲੀ ਲਾ ਲੈਂਦੇ, ਉਦੋਂ ਤੁਸੀਂ ਉਹ ਤੋਂ ਕੰਮ ਕਰਾਈ ਗਏ, ਦੇਖੋ ਕਿੰਨੀ ਬਿਮਾਰ ਰਹੀ ਆ, ਸਾਨੂੰ ਵੀ ਨਹੀਂ ਉਹਨੇ ਫੋਨ 'ਤੇ ਦੱਸਿਆ, ਕਹੇ ਸੀ ਮੰਮੀ ਮੈਂ ਠੀਕ ਹਾਂ ਜਮਾਂ, ਨਾ ਸਾਨੂੰ ਤੁਸੀਂ ਦੱਸਿਆ। ਇਹ ਇੱਕ ਸਿਰਫ ਸੱਸਾਂ ਨੂੰ ਮਾਣ ਹੁੰਦਾ ਹੰਕਾਰ ਵੀ ਮੇਰਾ ਘਰ ਆ, ਘਰ ਇੱਥੇ ਕਿਸੇ ਦਾ ਨਹੀਂ,
ਫਿਰ ਤੁਸੀਂ ਕਮਲ ਨੂੰ ਦੱਸਦੇ ਰਹੇ, ਉਹ ਵੀ ਕੁੱਟਮਾਰ ਕਰਦਾ ਰਿਹਾ। ਸਾਨੂੰ ਤਾਂ ਸਾਰਾ ਕੁਛ ਹੁਣ ਪਤਾ ਲੱਗਿਆ ਆ ਕੇ, ਇਹਨੇ ਹੁਣ ਦੱਸਿਆ ਇਹੋ ਜਿਹਾ ਤੁਸੀਂ ਸਲੂਕ ਕਰਿਆ ਮੇਰੀ ਧੀ ਨਾਲ। ਧੀ ਵੀ ਦੇਖੋ ਕਿਵੇਂ ਮਾਂ ਪਿਓ ਪਾਲ ਪਲੋਸ ਕੇ ਤੋਰਦੇ ਆ, ਆਪਦੇ ਸਾਰੇ ਪਰਿਵਾਰ ਨੂੰ ਛੱਡ ਕੇ ਆਉਂਦੀ ਆ। ਜੇ ਤੁਸੀਂ ਮਾਵਾਂ ਧੀਆਂ ਬਣ ਕੇ ਰਹਿੰਦੀਆਂ, ਆਹ ਤੁਹਾਨੂੰ ਅੱਜ ਸੇਵਾ ਦਾ ਕਹਿਣਾ ਨਹੀਂ ਸੀ ਪੈਣਾ, ਉਹ ਆਪੇ ਹੁੰਦੀ। ਮਾਸੀ ਜੀ, ਜੇ ਆਪਾਂ ਨੂੰਹਾਂ ਨੂੰ ਇੱਜ਼ਤ ਦਈਏ, ਮਾਣ ਸਤਿਕਾਰ ਦਈਏ, ਤਾਂ ਫਿਰ ਉਹ ਤੁਹਾਡਾ ਆਦਰ ਬਣ ਕੇ ਆਉਣਾ ਕਰਨਗੇ। ਜੇ ਤੁਸੀਂ ਮੇਰੀ ਸਾਡੇ ਆਉਣ 'ਤੇ ਮੇਰੀ ਭੈਣ ਨੂੰ ਨਾ ਤਾਨੇ ਦਿੰਦੇ, ਉਹ ਕਿਉਂ ਤੁਹਾਡੀ ਸੇਵਾ ਕਿਉਂ ਨਾ ਕਰਦੀ? ਫਿਰ ਤਾਂ ਆਪੇ ਨੂੰਹਾਂ ਕਰਦੀਆਂ ਨੇ, ਉਹਦੇ ਦਿਲ 'ਚ ਹੀ ਤੁਹਾਡੇ ਸਲੂਕ ਵੱਸ ਗਏ। ਮੇਰੀ ਭੈਣ ਨੂੰ ਲੋੜ ਨਹੀਂ ਸੀ ਭੈਣੀ ਤੁਹਾਡੀ ਸੇਵਾ ਕਰਨ ਨੂੰ ਕਹਿਣ ਦੀ, ਜੇ ਤੁਸੀਂ ਧੀ ਬਣਾ ਕੇ ਰੱਖਦੇ ਉਹਨੇ ਆਪੇ ਹੀ ਕਰਨੀ ਸੀ ਸੇਵਾ। ਕੋਈ ਵੀ ਧੀ ਸਿੱਖ ਕੇ ਨਹੀਂ ਆਉਂਦੀ ਪੇਕਿਆਂ ਤੋਂ ਮਾੜਾ ਸਲੂਕ ਕਰਨਾ, ਸਹੁਰੇ ਸਿਖਾ ਦਿੰਦੇ ਨੇ ਕਰਨਾ, ਲਾ ਦਿੰਦੇ ਨੇ ਆਪਦੇ ਆਪ ਨੂੰ ਜਿਵੇਂ ਘਜਾਉਣਾ ਹੋਵੇ। ਮੈਨੂੰ ਪਤਾ ਨਹੀਂ ਸੀ ਵੀ ਮੇਰੇ ਨਾਲ ਐਂ ਹੋਊਗੀ, ਮੈਂ ਵੀ ਬਿਮਾਰ ਹੋਊਂ ਕਦੇ। ਮੈਨੂੰ ਤਾਂ ਤੂੰ ਬਿਲਕੁਲ ਵੀ ਆਏ ਆ ਵੀ ਲੋਕ ਕਹਿੰਦੇ ਨੇ ਵੀ ਕੁੜੀਆਂ ਹੋ ਗਈਆਂ, ਕੁੜੀਆਂ ਹੋ ਗਈਆਂ, ਮਾਂ ਤੈਨੂੰ ਕਹਿੰਦੀ ਰਹੀ। ਅੰਕਲ ਮੈਨੂੰ ਲਾਏ ਬੈਠੇ ਆ, ਜੋ ਮੈਂ ਕੀਤਾ ਮੈਂ ਉਹ ਮੈਨੂੰ ਮਿਲ ਗਿਆ, ਮੈਨੂੰ ਮਾਫ਼ ਕਰ ਦੇ ਬੇਟਾ। ਮੰਮੀ ਤੁਸੀਂ ਆਏ ਨਾ ਕਰੋ, ਮੈਂ ਵੀ ਇਹੀ ਚਾਹੁੰਦੀ ਸੀ ਸਾਰੀ ਜ਼ਿੰਦਗੀ ਤੁਸੀਂ ਮੈਨੂੰ ਪਿਆਰ ਕਰੋ, ਮੈਂ ਵੀ ਤੁਹਾਨੂੰ ਪਿਆਰ ਕਰਾਂ, ਕਿਉਂਕਿ ਕੋਈ ਧੀ ਸਹਿ ਕੇ ਤਾਂ ਨਹੀਂ ਉਹਦੀ ਸੱਸ ਨਾਲ ਬੁਰਾ ਵਿਵਹਾਰ ਕਰੂਗੀ। ਜਦੋਂ ਸੱਸ ਵੀ ਅੱਗੇ ਤਾਨੇ ਮੈਨੇ ਮਾਰਦੀ ਆ ਪੇਕਿਆਂ ਦੇ ਆਇਆਂ ਦੇ ਧੀਆਂ ਦੇ, ਸਾਰੀਆਂ ਤਾਂ ਮੈਨੂੰ ਮੇਰੇ ਘਰ ਵਾਲੇ ਨਾਲ ਹੀ ਬੰਨ ਦਿੱਤੀ, ਫਿਰ ਮੇਰਾ ਵੀ ਤੁਹਾਤੋਂ ਮਨ ਅੱਕ ਗਿਆ ਸੀ। ਮੈਂ ਤੁਹਾਨੂੰ ਤਾਂ ਹੀ ਨਹੀਂ ਸਾਂਭਦੀ ਸੀ, ਤੁਸੀਂ ਮੈਨੂੰ ਪਿਆਰ ਨਾਲ ਰੱਖਦੇ ਵੀ ਤੁਹਾਨੂੰ ਆਪੇ ਹੀ ਪਿਆਰ ਨਾਲ ਰੱਖਦੀ, ਤੁਸੀਂ ਮੇਰੀ ਮਾਂ ਬਣਦੇ ਤੁਹਾਡੀ ਧੀ ਬਣ ਜਾਣਾ ਸੀ। ਕੋਈ ਨਾ, ਹੁਣ ਪਿਛਲੀਆਂ ਗੱਲਾਂ ਛੱਡ, ਹੁਣ ਬਸ ਆਪਾਂ ਮਾਂ ਮਾਂ ਧੀਆਂ ਬਣ ਕੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ, ਤਾਂ ਸਾਡੀ ਜਿੱਦਾਂ ਛੋਟੀ ਜਿਹੀ ਕੋਸ਼ਿਸ਼ ਸੀਗੀ, ਤਾਂ ਜਿਹੜੀ ਅੱਗੇ ਅਸੀਂ ਰੱਖੀ ਆ, ਅਸੀਂ ਮਤਲਬ ਕਿ ਸ਼ੁਰੂ ਹੀ ਕੀਤਾ ਹਜੇ, ਅਤੇ ਜਿਵੇਂ ਸਾਡੀ ਐਕਟਿੰਗ ਸੀ, ਸਾਨੂੰ ਪਿਆਰ ਦਿਓ, ਥੋੜ੍ਹਾ ਥੋੜ੍ਹਾ ਸਾਨੂੰ ਕਮੈਂਟ ਕਰਿਓ, ਸਾਡੀ ਵੀਡੀਓ ਨੂੰ ਸ਼ੇਅਰ ਵੀ ਕਰਿਓ। ਇੱਕ ਥੋੜ੍ਹੀ ਜਿਹੀ ਸਿੱਖਿਆ ਸੀਗੀ, ਵੈਸੇ ਤਾਂ ਸਾਰੇ ਸਿਆਣੇ ਹੀ ਆ, ਪਰ ਫਿਰ ਵੀ ਥੋੜ੍ਹੀ ਜਿਹੀ ਸਿੱਖਿਆ ਸੀ, ਜਿਵੇਂ ਵੀ ਇੱਕ ਜਿਹੜੀ ਸੱਸ ਹੁੰਦੀ ਹੈ ਆਪਣੀ ਨੂੰਹ ਨੂੰ ਲੈ ਕੇ ਆਉਂਦੀ ਹੈ ਘਰੇ ਵਿਆਹ ਕੇ, ਵੀ ਉਹਨੂੰ ਬਹੁਤ ਸੱਸ ਵਾਲਾ ਘਮੰਡ ਹੁੰਦਾ, ਹੰਕਾਰ ਹੁੰਦਾ ਵੀ ਕਿਤੇ ਵੀ ਹੈ ਨਾ ਇਸ ਘਰ 'ਚ ਮੇਰਾ ਰੁਤਬਾ ਨਾ ਵੀ ਨਾ ਖੋ ਨਾ ਜਾਵੇ। ਪਰ ਜੇ ਆਪਾਂ ਮਾਂ ਪਿਆਰ ਨਾਲ ਰਹੀਏ, ਨੂੰਹ ਨੂੰ ਧੀ ਬਣਾ ਕੇ ਰੱਖੀਏ, ਅਤੇ ਉਹ ਘਰ ਦੇ ਵਿੱਚ ਪਿਆਰ ਰਹਿੰਦਾ, ਸਾਰੇ ਜੀ ਖੁਸ਼ ਰਹਿੰਦੇ ਨੇ, ਸੱਸ ਵੀ ਖੁਸ਼ ਰਹਿੰਦੀ ਹੈ, ਨੂੰਹ ਵੀ ਖੁਸ਼ ਰਹਿੰਦੀ ਹੈ, ਉਹਨਾਂ ਦਾ ਪੁੱਤ ਵੀ ਖੁਸ਼ ਰਹਿੰਦਾ, ਕਿਉਂਕਿ ਜਦੋਂ ਫਰਕ ਪੈਂਦਾ ਨਾ ਕਿਤੇ ਕਿਤੇ ਨਾ ਕਿਤੇ ਪੁੱਤ ਵੀ ਦੁਖੀ ਰਹਿੰਦਾ। ਅਤੇ ਇਹ ਇੱਕ ਸਿਰਫ ਹੰਕਾਰ ਹੀ ਹੁੰਦਾ ਜੋ ਸੱਸਾਂ ਨੂੰ ਛੱਡਣਾ ਚਾਹੀਦਾ, ਜਿਹੜੀ ਸੱਸ ਕੋਈ ਹੰਕਾਰ ਕਰਦੀ ਵੀ ਮੈਂ ਸੱਸਾਂ ਮੈਨੂੰ ਪੁੱਛ ਕੇ ਇਹ ਕਰੇ, ਜਾਂ ਉਹਦੇ ਪੇਕੇ ਆ ਗਏ, ਉਹਦੀ ਰਿਸਪੈਕਟ ਨਹੀਂ ਕਰਨੀ ਹੈਗੀ, ਜਾਂ ਉਹਨੂੰ ਬਿਮਾਰ ਹੋ ਗਈ ਮੈਂ ਉਹਨੂੰ ਸਾਂਭਣਾ ਨਹੀਂ ਹੈਗਾ, ਜਾਂ ਵਧੀਆ ਡਾਕਟਰ ਦਵਾਈ ਨਹੀਂ ਦਵਾਉਣੀ ਹੈਗੀ, ਇਹ ਇੱਕ ਹਉਮੈ ਹੁੰਦਾ, ਹੰਕਾਰ ਹੀ ਹੁੰਦਾ ਕਿ ਆਪਾਂ ਨੂੰ ਨਹੀਂ ਕਰਨਾ ਚਾਹੀਦਾ। ਸਾਰੇ ਪਰਿਵਾਰ ਨੂੰ ਆਪਾਂ ਨੂੰ ਆਪਣੇ ਘਰੇ ਰਲ ਕੇ ਰਹਿਣਾ ਚਾਹੀਦਾ। ਇਹ ਥੋੜ੍ਹੀ ਜਿਹੀ ਸਾਡੀ ਸਿੱਖਿਆ ਸੀ, ਪ੍ਰਵਾਨ ਕਰਿਓ, ਸਾਡੀ ਵੀਡੀਓ ਨੂੰ ਸ਼ੇਅਰ ਕਰਿਓ, ਕਮੈਂਟ ਸੋਹਣੇ ਸੋਹਣੇ ਕਰਿਓ, ਹਾਂ ਕਮੈਂਟ ਸੋਹਣੇ ਸੋਹਣੇ ਕਰਿਓ, ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਬਾਕੀ ਅੱਗੇ ਵੀ ਅਸੀਂ ਟਾਈਮ ਟਾਈਮ 'ਤੇ ਇਸ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓਜ਼ ਤੁਹਾਡੇ ਵਾਸਤੇ ਲਿਆਉਂਦੇ ਰਹਾਂਗੇ। ਇਹ ਸੱਸਾਂ ਵਾਲੇ ਘਮੰਡ ਛੱਡ ਦਿਓ, ਜਿਹੜੇ ਕਰ ਰਹੇ ਆ, ਜਿਹੜੇ ਨਹੀਂ ਕਰ ਰਹੇ ਉਹ ਬਹੁਤ ਜ਼ਿਆਦਾ ਵਧੀਆ ਨੇ, ਆਪਾਂ ਨੂੰ ਨਹੀਂ ਕਰਨਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।